ਨਵੰਬਰ 1984 ਵਿੱਚ ਸਿੱਖਾਂ ਦਾ ਬੇਰਹਿਮੀ ਦੇ ਨਾਲ ਦਿੱਲੀ ਅਤੇ ਭਾਰਤ ਦੇ ਹੋਰ ਸ਼ਹਿਰਾਂ ਵਿੱਚ ਕਤਲੇਆਮ ਕੀਤਾ ਗਿਆ, ਪਰ 35 ਵਰੇ ਬੀਤ ਜਾਣ ਤੋਂ ਬਾਅਦ ਵੀ ਸਿੱਖਾਂ ਨੂੰ ਕੋਈ ਇਨਸਾਫ ਨਹੀਂ ਮਿਲਿਆ। ਇਸ ਦੇ ਕਰਕੇ ਹਰ ਸਿੱਖ ਦੇ ਮਨ ਵਿੱਚ ਭਾਰੀ ਰੋਸ ਹੈ। ਇਸ ਕਤਲੇਆਮ ਵਿੱਚ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਭੇਟ ਕਰਨ ਦੇ ਲਈ ਪ੍ਰੋਵਿੰਸ਼ੀਅਲ ਪਾਰਲੀਮੈਂਟ ਦੇ ਕਮੇਟੀ ਰੂਮ ਵਿੱਚ ਸਿੱਖਾਂ ਦੀ ਇਕੱਤਰਤਾ ਹੋਈ। ਕਿਊਂਸ ਪਾਰਕ ਦੇ ਸਾਊਥ ਲਾਨ ਵਿੱਚ ਕੈਂਡਲ ਵਿਜ਼ਲ ਮਾਰਚ ਵੀ ਕੱਢਿਆ ਗਿਆ। ਜੂਨ 1984 ਦੇ ਸਿੱਖ ਕਤਲੇਆਮ ਦੇ 35 ਵਰੇ ਬੀਤ ਜਾਣ ਤੋਂ ਬਾਅਦ ਵੀ ਇਨਸਾਫ ਨਾ ਮਿਲਣ ਦੇ ਕਾਰਨ ਪੂਰੀ ਦੁਨੀਆ ਵਿੱਚ ਵਸਦੇ ਸਿੱਖਾਂ ਵਿੱਚ ਭਾਰੀ ਰੋਸ ਅਤੇ ਅਥਾਹ ਦਰਦ ਹੈ। ਉਹਨਾਂ ਬੇਗੁਨਾਹ ਲੋਕਾਂ ਦੀ ਆਤਮਿਕ ਸ਼ਾਂਤੀ ਲਈ ਦੁਨੀਆ ਦੇ ਕੋਨੇ ਕੋਨੇ ਵਿੱਚ ਵਸਦੇ ਸਿੱਖਾਂ ਵੱਲੋਂ ਅਰਦਾਸਾਂ ਕੀਤੀਆਂ ਜਾਂਦੀਆਂ ਨੇ ਅਤੇ ਇਨਸਾਫ ਲੈਣ ਦੇ ਲਈ ਸਿੱਖ ਜਥੇਬੰਦੀਆਂ ਨੂੰ ਲਾਮਬੱਧ ਕੀਤਾ ਜਾਂਦਾ ਹੈ। ਕੈਨੇਡਾ ਦੇ ਓਨਟਾਰੀਓ ਸਟੇਟ ਵਿੱਚ ਪਿਛਲੀ ਸਰਕਾਰ ਵੱਲੋਂ ਸਿੱਖ ਜੈਨੋਸਾਈਡ ਨੂੰ ਮਾਨਤਾ ਦਿੱਤੀ ਗਈ ਸੀ। ਇਸ ਵਾਰ ਵੀ ਵਿਛੜੀਆਂ ਰੂਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਦੇ ਲਈ ਪ੍ਰੋਵਿੰਸ਼ੀਅਲ ਪਾਰਲੀਮੈਂਟ ਦੇ ਕਮੇਟੀ ਰੂਮ ਵਿੱਚ ਸਿੱਖਾਂ ਦੀ ਇਕੱਤਰਤਾ ਹੋਈ। ਬ੍ਰੈਂਪਟਨ ਸਿਟੀ ਕੌਂਸਲਰ ਹਰਕੀਰਤ ਸਿੰਘ, ਓਨਟਾਰੀਓ ਗੁਰਦੁਆਰਾ ਕਮੇਟੀ ਅਤੇ ਗੁਰਦੁਆਰਾ ਕੌਂਸਲ ਦੇ ਸਹਿਯੋਗ ਦੇ ਨਾਲ ਇਸ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਸਿੱਖਾਂ ਨੇ ਸ਼ਿਰਕਤ ਕੀਤੀ। ਓਹੀਓ ਸਟੇਟ ਯੂਨੀਵਰਸਿਟੀ ਦੇ ਐਸੋਸੀਏਟ ਪ੍ਰੋਫੈਸਰ ਡਾਕਟਰ ਤਰਨਜੀਤ ਸਿੰਘ ਬੁਟਾਲੀਆ ਨੇ ਦਲੀਲ ਪੂਰਵਕ ਭਾਸ਼ਣ ਦਿੱਤਾ। ਇਸ ਮੌਕੇ ਤੇ MPP ਪ੍ਰਭਮੀਤ ਸਰਕਾਰੀਆ, MPP ਗੁਰਰਤਨ ਸਿੰਘ, MPP ਸਾਰਾ ਸਿੰਘ ਤੋਂ ਇਲਾਵਾ ਅਨੇਕਾਂ ਹੋਰ MPPs ਨੇ ਵੀ ਹਿੱਸਾ ਲਿਆ। ਕਿਊਂਸ ਪਾਰਕ ਦੇ ਸਾਊਥ ਲਾਨ ਵਿੱਚ ਕੈਂਡਲ ਵਿਜ਼ਲ ਮਾਰਚ ਵੀ ਕੀਤਾ ਗਿਆ ਅਤੇ ਵਿਛੜੀਆਂ ਰੂਹਾਂ ਦੀ ਸ਼ਾਂਤੀ ਲਈ ਅਰਦਾਸ ਕੀਤੀ ਗਈ। ਅੱਜ ਅਸੀਂ ਕੁਈਨਸ ਪਾਰਕ, ਟੋਰਾਂਟੋ ਦੀ ਉਸ ਇਮਾਰਤ ਜਿੱਥੇ ਓਨਟਾਰੀਓ ਦੇ ਲੋਕਾਂ ਦਾ ਸੁਨਹਿਰੀ ਭਵਿੱਖ ਲਿਖਿਆ ਜਾਂਦਾ ਹੈ, ਅਸੀਂ ਅੱਜ ਉਸ ਇਮਾਰਤ ਵਿੱਚ ਖੜ੍ਹੇ ਹਾਂ ਜਿੱਥੇ ਅੱਜ ਤੋਂ ਇੱਕ ਸਾਲ ਠੀਕ ਪਹਿਲਾਂ ਸਿੱਖ ਜੈਨੋਸਾਈਡ, ਸਿੱਖ ਕਤਲੇਆਮ ਜੋ 1984 ਦੇ ਵਿੱਚ ਇੰਡੀਆ ਦੇ ਵਿੱਚ ਹੋਇਆ, ਉਹਨੂੰ ਮਾਨਤਾ ਦਿੱਤੀ ਗਈ ਅਤੇ ਓਨਟਾਰੀਓ ਦੀ ਸਰਕਾਰ ਸਿੱਖਾਂ ਦੇ ਉਸ ਦੁੱਖ ਦੇ ਵਿੱਚ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਹੋਈ। ਅੱਜ ਅਸੀਂ ਸਮੁੱਚੀ ਓਨਟਾਰੀਓ ਸਿੱਖਸ ਐਂਡ ਗੁਰਦੁਆਰਾ ਕੌਂਸਲ, ਓਨਟਾਰੀਓ ਗੁਰਦੁਆਰਾਜ਼ ਕਮੇਟੀ, ਸਿੱਖ ਮੋਟਰਸਾਈਕਲ ਕਲੱਬ ਆਫ ਓਨਟਾਰੀਓ ਦੇ ਵੱਲੋਂ ਅੱਜ ਅਸੀਂ ਇੱਥੇ ਪਹੁੰਚੇ ਹਾਂ। ਸੋ ਸਾਰੇ MPP ਜੋ ਸਾਡੇ ਜਿੱਤੇ ਹਨ ਅੱਜ ਇੱਥੇ ਪਹੁੰਚੇ ਹਨ। ਆਲ ਓਵਰ ਓਨਟਾਰੀਓ ਤੋਂ ਅੱਜ ਇੱਥੇ ਸਿੱਖ ਕੌਮ ਇਕੱਤਰ ਹੋਈ ਹੈ, ਦੂਜੀਆਂ ਕਮਿਊਨਿਟੀਜ਼ ਇੱਥੇ ਪਹੁੰਚੀਆਂ ਹਨ ਔਰ ਸਾਡੇ ਚੁਣੇ ਹੋਏ ਨੁਮਾਇੰਦੇ ਸਾਰੇ ਇੱਥੇ ਪਹੁੰਚੇ ਹਨ। ਜੋ ਇਨਸਾਫ ਅਜੇ ਤੱਕ ਕੌਮ ਨੂੰ ਨਹੀਂ ਮਿਲ ਸਕਿਆ, ਅਸੀਂ ਉਸ ਦੀ ਅੱਜ ਆਸ ਕਰਦੇ ਹਾਂ ਕਿ ਇੰਡੀਆ ਦੇ ਵਿੱਚ ਜਲਦ ਤੋਂ ਜਲਦ 1984 ਦੇ ਕਾਤਲਾਂ ਨੂੰ ਸਜ਼ਾਵਾਂ ਮਿਲਣਗੀਆਂ ਅਤੇ ਉਹ ਮਾਵਾਂ ਦੇ ਹਿਰਦੇ ਠੰਡੇ ਹੋਣਗੇ ਜਿਨ੍ਹਾਂ ਦੇ ਪੁੱਤ, ਜਿਨ੍ਹਾਂ ਦੇ ਪਤੀ, ਜਿਨ੍ਹਾਂ ਦੇ ਪਰਿਵਾਰ ਜਿੰਦੇ ਟਾਇਰ ਗਲਾਂ ਦੇ ਵਿੱਚ ਪਾ ਕੇ ਸਾੜ ਦਿੱਤੇ ਗਏ। ਸੋ ਅੱਜ ਅਸੀਂ ਆਸ ਕਰਦੇ ਹਾਂ ਕਿ ਉਹ ਸਰਕਾਰਾਂ ਜਲਦ ਤੋਂ ਜਲਦ ਕੌਮ ਨੂੰ ਇਨਸਾਫ ਦੇਣਗੀਆਂ ਅਤੇ ਮੁਲਜ਼ਮਾਂ ਨੂੰ ਸਲਾਖਾਂ ਦੇ ਪਿੱਛੇ ਭੇਜਣਗੀਆਂ। ਅਸੀਂ ਧੰਨਵਾਦੀ ਹਾਂ ਓਨਟਾਰੀਓ ਸਰਕਾਰ ਦਾ, ਜਿਨ੍ਹਾਂ ਨੇ ਕੌਮ ਦੇ ਨਾਲ ਸਿੱਖ ਜੈਨੋਸਾਈਡ ਨੂੰ ਮਾਨਤਾ ਦਿੱਤੀ ਅਤੇ ਇੰਟਰਨੈਸ਼ਨਲ ਗਲੋਬ ਲੈਵਲ 'ਤੇ ਇਹ ਆਵਾਜ਼ ਚੁੱਕੀ ਕਿ ਸਿੱਖਾਂ ਦਾ ਕਤਲੇਆਮ 1984 ਦੇ ਵਿੱਚ ਭਾਰਤੀ ਸਿਸਟਮ ਵੱਲੋਂ ਕੀਤਾ ਗਿਆ। ਅੱਜ ਦਾ ਜਿਹੜਾ ਇਹ ਸਮਾਗਮ ਹੈਗਾ ਕੁਈਨਸ ਪਾਰਕ, ਇਹ 1984 ਜਿਹੜਾ ਆਪਾਂ ਜੇ ਜਾਈਏ 30 ਅਕਤੂਬਰ ਤੋਂ ਲੈ ਕੇ 4-5 ਨਵੰਬਰ ਤੱਕ ਹਿੰਦੁਸਤਾਨ ਦੇ ਸ਼ਹਿਰਾਂ ਦੇ ਵਿੱਚ, ਦਿੱਲੀ, ਕਾਨਪੁਰ ਅਤੇ ਹੋਰ ਸ਼ਹਿਰਾਂ ਦੇ ਵਿੱਚ ਜਿਸ ਤਰ੍ਹਾਂ ਸਿੱਖਾਂ ਦਾ ਕਤਲੇਆਮ ਕੀਤਾ ਗਿਆ, ਉਹਨਾਂ ਸਾਰਿਆਂ ਦੀ ਯਾਦ ਦੇ ਵਿੱਚ ਉਹਨਾਂ ਨੂੰ ਇੱਕ ਸ਼ਰਧਾਂਜਲੀ ਭੇਂਟ ਕਰਨ ਵਾਸਤੇ ਆਪਾਂ ਸਾਰੇ ਇੱਥੇ ਇਕੱਠੇ ਹੋਏ ਹਾਂ। ਅਤੇ ਇੱਕ ਤਾਂ ਸਾਡੀ ਇਹ ਅਰਦਾਸ ਹੈ ਕਿ ਜੋ ਕੁਛ ਹੋਇਆ ਉਹ ਇੰਨਾ ਮਾੜਾ ਸੀ ਕਿ ਇਹੋ ਜਿਹਾ ਜੈਨੋਸਾਈਡ ਦੁਨੀਆ ਦੇ ਵਿੱਚ ਕੋਈ ਐਗਜ਼ਾਮਪਲ ਨਹੀਂ ਹੈਗੀ ਅਤੇ ਦੂਜਾ ਇਹੋ ਜਿਹਾ ਸੰਸਾਰ ਵਿੱਚ ਕਦੇ ਵੀ ਹੋਣਾ ਨਹੀਂ ਚਾਹੀਦਾ। ਸੋ ਸਾਨੂੰ ਸਾਰਿਆਂ ਨੂੰ ਇਸ ਦਿਹਾੜੇ ਦੇ ਉੱਤੇ ਜੋ ਲੋਕ ਸਿਰਫ ਇਸੇ ਕਰਕੇ ਮਾਰੇ ਗਏ ਸੀ ਕਿ ਉਹ ਸਿੱਖ ਹਨ, ਉਹਨਾਂ ਦੀ ਯਾਦ ਦੇ ਵਿੱਚ ਅੱਜ ਇੱਥੇ ਅਰਦਾਸ ਕਰਨ ਵਾਸਤੇ ਇਕੱਠੇ ਹੋਏ ਹਾਂ। ਸੋ ਸਾਰੇ ਜਿਹੜੇ ਵੀ ਵੀਰ ਭੈਣ ਨੇ, ਸਾਨੂੰ ਉਹਨਾਂ ਭੈਣ ਭਰਾਵਾਂ ਦੀ ਯਾਦ ਕਦੇ ਵੀ ਭੁੱਲਣੀ ਨਹੀਂ ਚਾਹੀਦੀ। ਸੋ ਆਪਾਂ ਇੱਥੇ ਕੁਈਨਸ ਪਾਰਕ ਪਹੁੰਚੇ ਹਾਂ, ਇੱਥੇ ਇਵੈਂਟ ਕਰ ਰਹੇ ਹਾਂ ਜਿਹੜਾ 1984 ਦਾ ਜੈਨੋਸਾਈਡ ਸੀਗਾ, ਉਹ ਵਿਕਟਮਸ ਦੀ ਯਾਦ ਦੇ ਵਿੱਚ ਆਪਾਂ ਹਰੇਕ ਪਾਰਟੀ ਇੱਥੇ ਜਿਹੜੀ ਆ ਉਹਨੇ ਕਾਮੈਂਟਸ ਦੇਣੇ ਆ, ਅਤੇ ਜਿਹੜੇ ਡਾਕਟਰ ਬਟਾਲੀਆ ਆ ਜਿਹੜੇ ਇੱਕ ਟਰੱਸਟੀ ਆ ਵਰਲਡ ਪਾਰਲੀਮੈਂਟ ਆਫ ਰਿਲੀਜਨਸ ਦੇ, ਅਤੇ ਨਾਲ ਦੀ ਨਾਲ ਇੱਕ ਪ੍ਰੋਫੈਸਰ ਵੀ ਆ, ਉਹਨੇ ਆਪਣੇ ਰਿਮਾਰਕਸ ਦੇਣੇ ਆ। ਸੋ ਹਮੇਸ਼ਾ ਜਿਹੜੇ ਫੈਮਲੀਜ਼ ਅਫੈਕਟਿਡ ਹੋਏ ਆ, ਮੈਨੂੰ ਲੱਗਦਾ ਸਾਡੀ ਕਮਿਊਨਿਟੀ ਜਿਹੜੀ ਪੂਰੀ ਅਫੈਕਟਿਡ ਸੀਗੀ, ਆਪਾਂ ਹਮੇਸ਼ਾ ਯਾਦ ਰੱਖੀਏ ਵਿਕਟਮਸ ਨੂੰ, ਅਤੇ ਵੀ ਸ਼ੁੱਡ ਕੀਪ ਅਮ ਇਨ ਆਰ ਹਾਰਟਸ। ਗੁਰਪ੍ਰੀਤ ਸਾਧ ਸਿੰਘ ਜੀ, ਸਪੈਸ਼ਲੀ 84 ਜੈਨੋਸਾਈਡ ਦੇ ਬਾਰੇ ਜਿਹੜਾ ਕੈਂਡਲ ਲਾਈਟ ਵਿਜ਼ਲ ਇੱਥੇ ਹੋਣਾ ਹੈਗਾ, ਉਹਦੇ ਵਾਸਤੇ ਸੰਗਤਾਂ ਇਕੱਠੀਆਂ ਹੋਈਆਂ ਹੈਗੀਆਂ, ਤਾਂ ਵੀ ਸ਼ੁੱਡ ਨੈਵਰ ਫੋਰਗੈਟ ਕਿ ਜਿਹੜੇ ਸਾਡੇ ਆਪਣੇ ਬਜ਼ੁਰਗਾਂ ਨੇ ਜਾਂ ਜਿਹੜੇ 84 ਦੇ ਸ਼ਹੀਦ ਨੇ, ਉਹਨਾਂ ਨੂੰ ਅਸੀਂ ਕਦੀ ਭੁੱਲ ਨਹੀਂ ਸਕਦੇ। ਔਰ ਇਹ ਜਿਹੜਾ ਰਿਕੋਗਨੀਸ਼ਨ ਹੈ ਓਨਟਾਰੀਓ ਗੌਰਮੈਂਟ ਵੱਲੋਂ, ਬਹੁਤ ਵੱਡਾ ਰਿਕੋਗਨੀਸ਼ਨ ਹੈ। ਆਈ ਹੋਪ ਕਿ ਆਉਣ ਵਾਲੇ ਦਿਨਾਂ 'ਚ ਆਪਣੀ ਇੰਡੀਅਨ ਗੌਰਮੈਂਟ ਇਸ ਚੀਜ਼ ਨੂੰ ਰਿਅਲਾਈਜ਼ ਕਰੇਗੀ ਔਰ ਰਿਕੋਗਨਾਈਜ਼ ਕਰੇਗੀ ਕਿ ਸਿੱਖਾਂ ਨੂੰ
ਮੇਨ ਸਟ੍ਰੀਮ ਲੈ ਲਿਆਉਣ ਮੇਨ ਸਟ੍ਰੀਮ 'ਚ ਲਿਆਉਣ ਵਾਸਤੇ ਜ਼ਰੂਰੀ ਹੈ ਕਿ ਰਿਕੋਗਨੀਸ਼ਨ ਜਿਹੜਾ ਹੈ ਉਹ ਸਿੱਖ ਕਮਿਊਨਿਟੀ ਨੂੰ ਦਿੱਤਾ ਜਾਏ ਔਰ ਸਿੱਖ ਕਮਿਊਨਿਟੀ ਦਾ ਖਾਸ ਤੌਰ 'ਤੇ ਖਿਆਲ ਰੱਖਿਆ ਜਾਏ ਜਿਹੜਾ ਕਿ ਸਿੱਖ ਅੱਜ ਵਰਲਡ ਲੈਵਲ 'ਤੇ ਜਾਣੇ ਜਾਂਦਾ ਹੈ ਔਰ ਖਾਸ ਤੌਰ 'ਤੇ ਗੁਰੂ ਨਾਨਕ ਦਾ ਉਪਦੇਸ਼ ਮਾਨਕ ਕੀ ਜਾਤ ਸਭ ਏਕ ਹੈ ਪਹਿਚਾਣ ਲਓ ਉਹਦੇ ਅੰਡਰ ਔਰ ਸਿੱਖਾਂ ਦੇ ਜਿਹੜੇ ਆਪਣੇ ਸ਼ਹੀਦਾਂ ਦਿੱਤੀਆਂ ਨੇ ਨੋ ਮੈਟਰ ਵਟ ਕਾਸਟ ਔਰ ਕ੍ਰੀਡ ਦੇ ਆਰ ਸਿੱਖਸ ਆਰ ਆਲਵੇਜ਼ ਸਟੈਂਡਿੰਗ ਫੋਰ ਦਾ ਹਿਊਮੈਨਿਟੀ I'm very happy to be here with the Sikh community. I want to thank the organizers for bringing us all together. I think it's an important event to mark the sad anniversary of the violence and the genocide in the second genocide. So I'm very proud of Harinder Mali, who was my colleague who passed the motion in the legislature that was supported by most members of the legislature, and it passed. And you know, in a pluralistic society, one of the big challenges is to make sure that people can bring their own stories to the new country, and we help each other understand our stories. And that's what this is about. So I appreciate everyone being here to share their feelings and their memories. ਅੱਜ ਅਸੀਂ ਇੱਥੇ ਓਨਟੇਰੀਓ ਲੈਜਿਸਲੇਚਰ ਦੇ ਵਿੱਚ ਅਸੀਂ ਹੈਗੇ ਹਾਂ ਇੱਕ ਓਨਟੇਰੀਓ ਗੁਰਦੁਆਰਾ ਕਮੇਟੀ ਅਤੇ OSGC ਇਕੱਠੇ ਇੱਕ ਬਹੁਤ ਵਧੀਆ ਰਿਸੈਪਸ਼ਨ ਕੀਤੇ ਹੋਏ ਆ ਜਿੱਥੇ ਅਸੀਂ 84 ਦੇ ਜੈਨੋਸਾਈਡ ਨਵੰਬਰ ਜੈਨੋਸਾਈਡ ਅਸੀਂ ਯਾਦ ਕਰਦੇ ਹਾਂ ਅਤੇ ਬਸ ਮੈਂ ਸਿਰਫ ਇਹੀ ਕਹਿਣਾ ਚਾਹੁੰਦਾ ਕਿ ਵੀ ਐਜ਼ ਏ ਕਮਿਊਨਿਟੀ ਮਸਟ ਕੰਟੀਨਿਊ ਟੂ ਫਾਈਟ ਫੋਰ ਜਸਟਿਸ ਕਿਉਂਕਿ ਜੋ ਕੁਛ ਹੋਇਆ 84 ਦੇ ਵਿੱਚ ਇੱਕ ਬਹੁਤ ਜ਼ਿਆਦਾ ਵੱਡਾ ਬੇਇਨਸਾਫੀ ਹੈ ਅਤੇ ਹੁਣ ਸਾਡੇ ਇੱਕ ਸਿੱਖ ਹੋਣ ਕਰਕੇ ਸਾਡੇ ਇੱਕ ਜ਼ਿੰਮੇਵਾਰੀ ਹੈ ਕਿ ਅਸੀਂ ਸਿੱਖਾਂ ਵਾਸਤੇ ਇਨਸਾਫ ਲੜੀਏ ਅਤੇ ਨਾ ਦੇ ਨਾਲ ਸਰਬੱਤ ਪਾਲਾ ਦੀ ਸੋਚ ਦੇ ਨਾਲ ਜਿੱਥੇ ਦੁਨੀਆ ਦੇ ਵਿੱਚ ਬੇਇਨਸਾਫੀ ਹੈ ਅਸੀਂ ਉਸ ਬੇਇਨਸਾਫੀ ਦੇ ਖਿਲਾਫ ਕੰਮ ਕਰਨਾ ਜਦੋਂ ਤੱਕ ਸਾਨੂੰ ਇਨਸਾਫ ਨਹੀਂ ਮਿਲੇ ਵੀ ਸ਼ੁਡ ਕੰਟੀਨਿਊ ਟੂ ਫਾਈਟ ਫੋਰ ਜਸਟਿਸ ਐਂਡ ਫਾਈਟ ਫੋਰ ਜਸਟਿਸ ਫੋਰ ਐਵਰੀਵਨ ਇਨ ਦਿਸ ਵਰਲਡ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੀ ਅਸੀਂ ਇੱਥੇ ਕੁਈਨਸ ਪਾਰਕ ਵਿੱਚ 1984 ਜੋ ਸਿੱਖ ਜੈਨੋਸਾਈਡ ਨਵੰਬਰ ਦੇ ਮਹੀਨੇ ਵਿੱਚ ਆਪਣੇ ਸਾਰੀ ਕਮਿਊਨਿਟੀ ਇੱਥੇ ਪਹੁੰਚੀ ਹੈਗੀ ਆ ਸ਼ਹੀਦਾਂ ਦੀ ਜੋ ਉਸ ਦਿਨਾਂ ਦੇ ਵਿੱਚ ਆਪਾਂ ਉਹਨਾਂ ਦੀ ਯਾਦ ਵਿੱਚ ਇੱਥੇ ਆਏ ਹਾਂ ਸਾਰੇ ਪਾਰਟੀਆਂ ਤੋਂ ਲੀਡਰ ਆਏ ਸੀਗੇ ਸਾਰੇ ਪਾਰਟੀਆਂ ਦੇ MPP ਆਏ ਸੀਗੇ ਸੋ ਸਾਨੂੰ ਹਿਸਟਰੀ ਕਦੀ ਨਹੀਂ ਆਪਣੀ ਭੁੱਲਣੀ ਚਾਹੀਦੀ ਸਗੋਂ ਇੱਦਾਂ ਹੀ ਆਪਾਂ ਨੂੰ ਜਿਹੜੀ ਆਪਣੀ ਆਉਣ ਵਾਲੀ ਪੀੜ੍ਹੀ ਹੈ ਜਨਰੇਸ਼ਨ ਆ ਉਹਨਾਂ ਨੂੰ ਵੀ ਜ਼ਰੂਰ ਆਪਾਂ ਹਿਸਟਰੀ ਬਾਰੇ ਜਾਣਕਾਰੀ ਦੇਣੀ ਚਾਹੀਦੀ ਆ ਅਤੇ ਪਰਿਵਾਰਕ ਤੌਰ 'ਤੇ ਜ਼ਰੂਰ ਆਪਾਂ ਨੂੰ ਸਾਰਿਆਂ ਦਾ ਫਰਜ਼ ਬਣਦਾ ਵੀ ਆਪਣੀ ਜਿੱਥੇ ਵੀ ਕੋਈ ਆਪਣੇ ਫੈਮਿਲੀ ਵਿੱਚ ਹੈਗੇ ਆ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਵੀ ਜੋ ਸਿੱਖ ਕੌਮ ਹੈਗੀ ਆ ਵੀ ਕਿੱਥੋਂ ਸਾਡੇ ਜੋ ਮੁਸ਼ਕਲਾਂ ਆਈਆਂ ਮੁਸ਼ਕਲਾਂ ਹੋਈਆਂ ਅਤੇ ਅੱਜ ਅਸੀਂ ਇੱਥੇ ਕੁਈਨਸ ਪਾਰਕ ਵਿੱਚ ਜੋ ਨਵੰਬਰ 1984 ਦੇ ਸਿੱਖ ਜੈਨੋਸਾਈਡ ਸੀ ਉਹਦੇ ਉੱਤੇ ਉਹਨਾਂ ਦੀ ਯਾਦ ਵਿੱਚ ਸ਼ਹੀਦਾਂ ਦੀ ਆਵਾਜ਼ ਇੱਥੇ ਅੱਜ ਇਕੱਠੇ ਹੋਏ ਸੀਗੇ ਅਤੇ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਵੀ ਆਪਣੇ ਹਮੇਸ਼ਾ ਹਿਸਟਰੀ ਨੂੰ ਜਾਰੀ ਰੱਖੋ ਚੜ੍ਹਦੀ ਕਲਾ ਟਾਈਮ TV ਲਈ ਟੋਰਾਂਟੋ ਤੋਂ ਚਮਕੌਰ ਮਾਛੀਕੇ ਦੀ ਰਿਪੋਰਟ